ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੇਬਰ ਟ੍ਰੀਓ। ਤੁਹਾਡੇ ਨਾਲ ਜੋ ਸ਼ੇਅਰ ਕਰਨ ਲੱਗੇ ਨੇ ਦੋਵੇਂ ਇਟਲੀ ਦੇ ਵੀਜ਼ਾ ਜੋ ਰੀਸੈਂਟ ਦੇ ਵਿੱਚ ਅਪਰੂਵ ਹੋ ਕੇ ਆਏ ਨੇ, ਅਤੇ ਅਸੀਂ ਲਾਸਟ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਥੋੜ੍ਹੇ ਦਿਨ ਪਹਿਲਾਂ ਹੀ ਯੂਟਿਊਬ 'ਤੇ ਕਿ ਇਟਲੀ ਨੇ ਆਪਣੇ ਵੀਜ਼ਾ ਓਪਨ ਕੀਤੇ ਨੇ ਅਤੇ ਇੱਕ ਹਾਈ ਚਾਂਸ ਰਹਿਣਗੇ ਹੁਣ ਵੀਜ਼ਾ ਦੇ ਨਿਊ ਈਅਰ ਓਕੇਜ਼ਨ 'ਤੇ ਕਿ ਜੇ ਤੁਸੀਂ ਟਰੈਵਲ ਕਰਦੇ ਹੋ ਇਟਲੀ ਨੂੰ ਚੂਜ਼ ਕਰਦੇ ਹੋ ਤਾਂ ਤੁਹਾਡੇ ਵੀਜ਼ਾ ਦੇ ਚਾਂਸ ਹਾਈ ਰਹਿਣਗੇ। ਸੇਮ ਚੀਜ਼ ਹੈ ਕਿ ਰੀਸੈਂਟ ਐਪਲੀਕੇਸ਼ਨ ਹੀ ਗਈਆਂ ਨੇ, ਸਿਰਫ 3 ਤੋਂ 4 ਦਿਨ ਦੇ ਵਿੱਚ ਇਹਨਾਂ ਦੇ ਵੀਜ਼ਾ ਰਿਜ਼ਲਟ ਨਿਕਲੇ ਨੇ, ਅਤੇ ਇਸ ਤੋਂ ਇਲਾਵਾ ਵੀ ਕੁਝ ਹੋਰ ਵੀ ਰਿਜ਼ਲਟ ਆਏ ਨੇ ਜਿਹੜੇ ਇਟਲੀ ਤੋਂ ਆਏ ਨੇ ਅਤੇ ਜਿਹਨਾਂ ਨੂੰ ਵੀਜ਼ਾ ਰਿਜ਼ਲਟ ਵਿਦਇਨ 3 to 4 ਡੇਜ਼ ਮਿਲੇ ਨੇ। ਅਤੇ ਇਸ ਟਾਈਮ ਫਾਸਟ ਪ੍ਰੋਸੈਸ ਹੈ, ਹੋ ਸਕਦਾ ਜਦੋਂ ਤੱਕ ਤੁਸੀਂ ਐਪਲੀਕੇਸ਼ਨ ਲਾਓ ਉਸ ਟਾਈਮ ਇਹਨਾਂ ਦਾ ਪ੍ਰੋਸੈਸ ਜਿਹੜਾ ਹੋਰ ਥੋੜ੍ਹਾ ਸਲੋ ਹੋ ਜਾਏ। ਉਹਦਾ ਰੀਜ਼ਨ ਹੁੰਦਾ ਕਿ ਜਦੋਂ ਨੰਬਰ ਆਫ ਐਪਲੀਕੇਸ਼ਨ ਵੱਧਦੀਆਂ ਨੇ ਦੈਨ ਜਿਹੜੇ ਵੀਜ਼ਾ ਰਿਜ਼ਲਟ ਜਿਹੜੇ ਡਿਲੇ ਹੁੰਦੇ ਨੇ। ਇਸ ਕਰਕੇ ਤੁਹਾਡੇ ਕੋਲ ਇੱਕ ਵਧੀਆ ਅਪੋਰਚੁਨਿਟੀ ਹੈ, ਜੇ ਸ਼ੈਨਗਨ ਵੀਜ਼ਾ ਅਪਲਾਈ ਕਰਨਾ, ਤੁਸੀਂ ਪਹਿਲਾਂ ਰਿਫਿਊਜ਼ ਹੋ ਸ਼ੈਨਗਨ 'ਚ, ਪਹਿਲਾਂ 2 ਵਾਰੀ ਭਾਵੇਂ 5 ਵਾਰੀ ਰਿਫਿਊਜ਼ ਹੈਗੇ ਹੋ, ਦੈਨ ਤੁਹਾਡੇ ਕੋਲ ਜਦੋਂ ਵੀ ਕੋਈ ਨਵੀਂ ਕੰਟਰੀ ਓਪਨ ਹੁੰਦੀ ਹੈ ਜਿੱਥੇ ਵੀਜ਼ਾ ਰਿਜ਼ਲਟ ਵਧੀਆ ਚੱਲ ਰਹੇ ਨੇ, ਤੁਹਾਨੂੰ ਉਹ ਜ਼ਰੂਰ ਅਪਲਾਈ ਕਰ ਲੈਣੀ ਚਾਹੀਦੀ ਹੈ। ਉੱਥੇ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਹਾਈ ਰਹਿੰਦੇ ਆ, ਅਤੇ ਇਸ ਟਾਈਮ ਇਟਲੀ ਉਹਨਾਂ ਦੇ ਵਿੱਚੋਂ ਹੈਗੀ ਆ। ਹੁਣ ਤੁਹਾਨੂੰ ਦੱਸ ਰਹੇ ਹਾਂ ਜੇ ਤੁਸੀਂ ਹੁਣ ਅਪਲਾਈ ਕਰੋਗੇ ਤਾਂ ਦੈਨ ਤੁਹਾਡੇ ਹਾਈ ਚਾਂਸ ਰਹਿਣਗੇ, ਬਟ 2-4 ਮਹੀਨੇ ਨੂੰ ਜੇ ਇੱਥੇ ਰਸ਼ ਬਹੁਤ ਵੱਧ ਜਾਂਦਾ ਹੈ, ਨੰਬਰ ਆਫ ਵੀਜ਼ਾਜ਼ ਕਾਫੀ ਇਸ਼ੂ ਹੋ ਜਾਂਦੇ ਆ, ਦੈਨ ਹੋ ਸਕਦਾ ਦੁਬਾਰਾ ਇਹ ਲੋਅ ਹੋ ਜਾਏ, ਕਿਉਂਕਿ ਅਸੀਂ ਟ੍ਰੈਂਡਿੰਗ ਕੰਟਰੀ ਦੇ ਅਕੋਰਡਿੰਗ ਤੁਹਾਨੂੰ ਅਪਡੇਟ ਦਿੰਦੇ ਰਹਿੰਦੇ ਹਾਂ ਟ੍ਰੈਂਡਿੰਗ ਕੰਟਰੀਜ਼ ਕਿਹੜੀਆਂ ਚੱਲ ਰਹੀਆਂ ਨੇ। ਅਤੇ ਇਟਲੀ ਵੀ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਰਿਕੁਆਇਰਮੈਂਟ ਜਿਹੜੀਆਂ ਨੇ ਸੇਮ ਉਹੀ ਸ਼ੈਨਗਨ ਦੀਆਂ ਨੇ, ਜੋ ਸ਼ੈਨਗਨ ਦੀਆਂ ਹੁੰਦੀਆਂ ਨੇ, ਤੁਹਾਨੂੰ ਸ਼ੈਨਗਨ ਰੂਲ ਫੋਲੋ ਕਰਨੇ ਆ, ਉਹਦੇ ਅਕੋਰਡਿੰਗ ਆਪਣੀ ਜਿਹੜੀ ਹੈ ਵੀਜ਼ਾ ਫਾਈਲ ਜਿਹੜੀ ਹੈ ਤਿਆਰ ਕਰਕੇ VFS ਸਬਮਿਟ ਕਰਨੀ ਹੈ। ਅਤੇ ਅਪਾਇੰਟਮੈਂਟ ਅਵੇਲੇਬਲ ਨੇ, ਬਹੁਤ ਜਲਦੀ ਮਿਲ ਰਹੀਆਂ ਨੇ। ਇਸ ਟਾਈਮ ਤੁਸੀਂ ਅਪਾਇੰਟਮੈਂਟ ਲੈਂਦੇ ਹੋ ਤੁਹਾਨੂੰ 15-20 ਦਿਨ ਬਾਅਦ ਦੀ ਅਪਾਇੰਟਮੈਂਟ ਯੂਜਲੀ ਮਿਲ ਰਹੀ ਆ, ਹੋ ਸਕਦਾ ਥੋੜ੍ਹੇ ਦਿਨਾਂ ਬਾਅਦ 1 ਮਹੀਨੇ ਬਾਅਦ ਦੀ ਚਲੀ ਜਾਏ, ਕਿਉਂਕਿ ਨੰਬਰ ਆਫ ਐਪਲੀਕੇਸ਼ਨ ਵਧਣਗੀਆਂ, ਅਪਾਇੰਟਮੈਂਟ ਬੁੱਕ ਹੋਣਗੀਆਂ, ਦੈਨ ਇਹ ਵੱਧ ਸਕਦੀ ਹੈ। ਅਤੇ ਇਸ ਟਾਈਮ ਤੁਹਾਨੂੰ ਜੇ ਸ਼ੈਨਗਨ ਲਈ ਤੁਹਾਡੀ ਫਾਈਲ ਇਲੀਜੀਬਲ ਹੈ ਤਾਂ ਦੈਨ ਵੇਟ ਨਾ ਕਰੋ, ਦੈਨ ਇਟਲੀ ਜ਼ਰੂਰ ਅਪਲਾਈ ਕਰ ਲਓ। ਇਲੀਜੀਬਿਲਿਟੀ ਕੀ ਹੈ ਕਿ ਤੁਹਾਡੇ ਕੋਲ ਸਿੰਪਲ ਹੈ ਕਿ ਤੁਹਾਡੀ ਇਨਕਮ ਪਰੂਫ ਜਿਹੜੇ ਹੈਗੇ ਨੇ ਅਪਰੋਕਸ 50,000 ਜਿਹੜੇ ਆ ਮੰਥਲੀ ਇਹਦੇ ਉੱਪਰ ਆਸ ਪਾਸ ਹੋਣੇ ਜ਼ਰੂਰੀ ਨੇ। ਦੈਨ ਤੁਹਾਡੇ ਕੋਲ ITR 2 ਸਾਲ ਦੀ ਮਿਨੀਮਮ ਹੋਵੇ, ਪਰ ਇਟਲੀ ਦੇ ਵਿੱਚ 3 ਸਾਲ ਦੀ ITR ਸਬਮਿਟ ਕਰੋ। 3 ਸਾਲ ਦੀ ITR ਸਬਮਿਟ ਕਰਨੀ ਜ਼ਰੂਰੀ ਹੈ ਇਟਲੀ ਦੇ ਵਿੱਚ, ਅਤੇ ਨਾਲ ਤੁਸੀਂ ਜਿਹੜੀ ਬੈਂਕ ਸਟੇਟਮੈਂਟ ਹੈ ਉਹ 4 to 5 ਲੱਖ ਦੀ ਤੁਸੀਂ ਨਾਲ ਲਾਓ, ਬੈਲੈਂਸ ਸਰਟੀਫਿਕੇਟ ਜ਼ਰੂਰ ਲਾਓ। ਬੈਂਕ ਸਟੇਟਮੈਂਟ ਜਦੋਂ ਵੀ ਤੁਸੀਂ ਕਢਵਾਉਂਦੇ ਹੋ ਬੈਂਕ ਦੇ ਵਿੱਚੋਂ ਤਾਂ ਧਿਆਨ ਰੱਖੋ ਕਿ ਬੈਂਕ ਸਟੇਟਮੈਂਟ ਕਲੀਅਰ ਹੋਣੀ ਚਾਹੀਦੀ ਹੈ, ਉਹਦੇ 'ਤੇ ਸਟੈਂਪਸ ਲੱਗੀਆਂ ਹੋਣੀ ਚਾਹੀਦੀਆਂ ਨੇ। ਸਿੰਪਲ ਡਾਊਨਲੋਡ ਕਰਕੇ ਪ੍ਰਿੰਟ ਨਾ ਲਾਓ, ਉਹਨੂੰ ਸਟੈਂਪ ਜ਼ਰੂਰ ਕਰਾ ਲਓ, ਨਾਲ ਬੈਲੈਂਸ ਸਰਟੀਫਿਕੇਟ ਵੀ ਬੈਂਕ 'ਚੋਂ ਜ਼ਰੂਰ ਕਢਵਾਓ, ਉਹਨੂੰ ਵੀ ਸਟੈਂਪ ਜ਼ਰੂਰ ਲਵਾਓ। ਦੈਨ ਆਫਟਰ ਜਿਹੜੀ ਗਲਤੀ ਹੁੰਦੀ ਹੈ ਕਈ ਵਾਰ ਉਹ ਇਹ ਹੁੰਦੀ ਹੈ ਕਿ ਅਸੀਂ ਬੈਂਕ ਸਟੇਟਮੈਂਟ ਜਦੋਂ ਕਢਵਾਉਂਦੇ ਹਾਂ ਉਸ ਟਾਈਮ ਉਹਦੇ ਜਿਹੜੀ ਹੈ ਕਟਿੰਗ ਹੋਈ ਹੁੰਦੀ ਹੈ ਪ੍ਰਿੰਟਿੰਗ ਦੇ ਵਿੱਚ, ਅਤੇ ਉਹ ਕਈ ਵਾਰ ਪ੍ਰੋਬਲਮ ਕਰਦੀ ਹੈ। ਅਤੇ ਜਦੋਂ ਵੀ ਤੁਸੀਂ ਬੈਂਕ ਸਟੇਟਮੈਂਟ ਕਢਵਾਉਣੀ ਹੈ ਉਹਨੂੰ ਚੰਗੀ ਤਰ੍ਹਾਂ ਦੇਖ ਲਓ ਕਿ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ, ਸਾਰੀ ਕਲੀਅਰ ਹੋਵੇ ਅਤੇ ਐਵਰੀਥਿੰਗ ਜੋ ਵੀ ਉਹਦੇ 'ਚ ਲਿਖਿਆ ਹੋਇਆ ਉਹ ਪੜ੍ਹਨ ਵਿੱਚ ਆ ਰਿਹਾ ਹੋਵੇ। ਇਸ ਤੋਂ ਇਲਾਵਾ ਜਿਹੜੇ ਡਾਕੂਮੈਂਟ ਨੇ ਉਹ ਤੁਹਾਡੀ ਹੁਣ CA ਰਿਪੋਰਟ ਤੁਸੀਂ ਲਾ ਸਕਦੇ ਹੋ, ਬਾਕੀ ਇਨਕਮ ਜੋ ਵੀ ਤੁਸੀਂ ਕੰਮ ਕਰਦੇ ਹੋ, ਜੋਬ ਕਰਦੇ ਹੋ, ਬਿਜ਼ਨਸ ਕਰਦੇ ਹੋ, ਭਾਵੇਂ ਫਾਰਮਿੰਗ ਕਰਦੇ ਹੋ, ਭਾਵੇਂ ਤੁਹਾਡੀ 2 ਇਨਕਮ ਨੇ ਦੋਵਾਂ ਦੇ ਪਰੂਫ ਲਾਓ, 3 ਇਨਕਮ ਨੇ ਤਿੰਨਾਂ ਦੇ ਪਰੂਫ ਲਾਓ, ਸ਼ੇਅਰ ਮਾਰਕੀਟ 'ਚ ਕੰਮ ਕਰ ਰਹੇ ਉਹਦੇ ਪਰੂਫ ਲਾ ਦਿਓ, ਤੁਹਾਡੇ ਕੋਲ ਮਿਊਚੁਅਲ ਫੰਡ ਨੇ ਉਹਦੇ ਪਰੂਫ ਲਾਓ, ਜਾਂ ਰੈਂਟਲ ਇਨਕਮ ਹੈ, ਕੋਈ ਵੀ ਇਨਕਮ ਕਿਸੇ ਵੀ ਤਰ੍ਹਾਂ ਦੀ ਆ ਰਹੀ ਹੈ, ਭਾਵੇਂ ਉਹ ਕਮਿਸ਼ਨ ਦੀ ਹੈ, ਭਾਵੇਂ ਔਨਲਾਈਨ ਇਨਕਮ ਹੈ, ਉਹਦੇ ਪਰੂਫ ਜ਼ਰੂਰ ਲਾ ਦਿਓ, ਕਿਉਂਕਿ ਜਿੰਨੀ ਇਨਕਮ ਤੁਸੀਂ ਜ਼ਿਆਦਾ ਹਾਈ ਸ਼ੋਅ ਕਰੋਗੇ ਤੁਹਾਡੇ ਵੀਜ਼ਾ ਦੇ ਚਾਂਸ ਉਨੇ ਹੀ ਹਾਈ ਹੋਣਗੇ। ਇਸ ਤੋਂ ਬਾਅਦ ਤੁਹਾਡੇ ਜਿਹੜੇ ਹੋਰ ਡਾਕੂਮੈਂਟ ਨੇ ਉਹ ਟਰੈਵਲ ਪਲਾਨ ਦੇ ਡਾਕੂਮੈਂਟ ਆ ਜਾਂਦੇ ਆ, ਫੈਮਿਲੀ ਆਈਡੀਜ਼ ਆ ਜਾਂਦੀਆਂ ਨੇ ਕਿ ਤੁਹਾਡੇ ਫੈਮਿਲੀ 'ਚ ਕੌਣ ਕੌਣ ਹੈ, ਉਹਨਾਂ ਦੇ ਡਾਕੂਮੈਂਟ ਸਾਰਿਆਂ ਦੇ ਲਾ ਦਿਓ। ਟਰੈਵਲ ਪਲਾਨ ਜਿਹੜਾ ਇਟਲੀ ਦਾ ਤੁਸੀਂ ਲਾਉਣਾ ਹੈ, ਨਾਲ ਤੁਸੀਂ ਕੰਬਾਈਨ ਕੰਟਰੀ ਜ਼ਰੂਰ ਕਰੋ, ਭਾਵੇਂ ਤੁਸੀਂ ਫਰਾਂਸ ਨੂੰ ਐਡ ਕਰ ਦਿਓ, ਭਾਵੇਂ ਤੁਸੀਂ ਨਾਲ ਸਪੇਨ ਨੂੰ ਐਡ ਕਰ ਦਿਓ, ਕਿਉਂਕਿ ਦੋਵੇਂ ਬਾਰਡਰ ਕੰਟਰੀਜ਼ ਨੇ, ਤੁਸੀਂ ਨਾਲ ਇਹਦੇ ਸਵਿਟਜ਼ਰਲੈਂਡ ਵੀ ਐਡ ਕਰ ਸਕਦੇ ਹੋ, ਅਤੇ ਜੇ ਤੁਸੀਂ ਫਰਾਂਸ ਐਡ ਕਰ ਰਹੇ ਹੋ ਤਾਂ ਫਰਾਂਸ ਦੇ ਨਾਲ ਤੁਸੀਂ ਇਹਦੇ ਨਾਲ ਜਰਮਨੀ ਵੀ ਐਡ ਕਰ ਸਕਦੇ ਹੋ, 3 ਕੰਟਰੀਜ਼ ਦਾ ਵੀ ਟ੍ਰਿਪ ਬਣਾ ਸਕਦੇ ਹੋ, 10 to 12 ਦਿਨ ਦਾ ਟ੍ਰਿਪ ਲਾ ਸਕਦੇ ਹੋ, ਬਟ ਡਿਪੈਂਡ ਹੈ ਜੇ 10 to 12 ਦਿਨ ਦਾ ਟ੍ਰਿਪ ਲਾ ਰਹੇ ਹੋ ਤਾਂ ਬੈਲੈਂਸ ਜੋ ਹੈ 7 ਲੱਖ ਦੇ ਆਸ ਪਾਸ ਹੋਵੇ, ਅਤੇ ਜੇ ਬੈਲੈਂਸ ਘੱਟ ਹੈ ਤਾਂ ਦੈਨ ਆਪਣਾ ਟਰੈਵਲ ਪਲਾਨ ਜਿਹੜਾ 8 to 9 ਦਿਨ ਦਾ ਰੱਖੋ, ਦੈਨ ਓਕੇ ਆ, ਉਹਦੇ 'ਚ ਵੀਜ਼ਾ ਨਿਕਲ ਜਾਂਦਾ। ਫਿਰ ਤੁਸੀਂ 2 ਕੰਟਰੀਜ਼ ਐਡ ਕਰੋ, 2 ਕੰਟਰੀਜ਼ ਘੁੰਮਣ ਵਾਸਤੇ ਦਿਖਾਓ, ਇਹਦੇ ਨਾਲ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਹਾਈ ਰਹਿਣਗੇ। ਅਤੇ ਸਹੀ ਟਰੈਵਲ ਪਲਾਨ ਹੋਵੇ, ਟਰੈਵਲ ਇੰਸ਼ੋਰੈਂਸ ਤੁਸੀਂ ਨਾਲ ਲੈਣਾ ਜਿਹਦੀ ਵੈਲਿਡਿਟੀ 28 ਦਿਨ ਦੀ ਜ਼ਰੂਰ ਹੋਵੇ, ਅਤੇ ਨਾਲ ਉਹ ਵੀ ਸ਼ੈਨਗਨ ਦੇ ਰੂਲ ਦੇ ਅਕੋਰਡਿੰਗ ਹੋਣਾ ਚਾਹੀਦਾ। ਏ ਟਿਕਟ ਦੀ ਕਾਪੀ ਲਾਉਣੀ ਹੈ, ਏ ਟਿਕਟ ਕਨਫਰਮ ਲਾਉਣ ਦੀ ਲੋੜ ਨਹੀਂ ਹੈ, ਪੇਡ ਨਹੀਂ ਹੋਵੇ, ਬਸ PNR ਜਨਰੇਟਡ ਜ਼ਰੂਰ ਹੋਵੇ।
होटल बुकिंग्स हो जड़ियाँ तुसी पे एट होटल भी ला सकते हो, बट वो कन्फर्म होनी जरूरी ने। तो ये सारे कंप्लीट डॉक्यूमेंट ला के तुसी अपनी एप्लीकेशन इटली में सबमिट कर दो, तुहाड़े रिजल्ट जिहड़े आ ज़्यादा पॉजिटिव तुहानू देखने को मिलेंगे। ट्रेंडिंग कंट्री है, बेस्ट टाइम है, तुहानू जरूर ये चूज़ कर लेनी चाहिए इस टाइम। तो अपॉइंटमेंट भी अवेलेबल है, जे तुसी अपलाई करना होवे साडी टीम के थ्रू तो साडी टीम नाल कॉन्टैक्ट करके इस वीज़ा नू अपलाई करवा सकते हो। मिलते फिर एक नवी वीडियो च नवी इनफॉर्मेशन के साथ। सत श्री अकाल।